ਖਾਲਸ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਲਏ ਗਏ ਇੱਕ ਫੈਸਲੇ ਦੇ ਨਾਲ ਜੁੜੀ ਹੋਈ ਹੈ ਇੱਕ ਵੱਡਾ ਫੈਸਲਾ ਲੈਂਦੇ ਹੋਏ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਵਿੱਚ ਹੁਣ ਇੱਕ ਵਿਧਾਇਕ ਇੱਕ ਪੈਨਸ਼ਨ ਲਾਗੂ ਕਰ ਦਿੱਤੀ ਹੈ ਪਿਛਲੇ ਕਈ ਦਿਨਾਂ ਤੋਂ ਇੱਕ ਅਨਸੂਆ ਮਿਲ ਰਹੀਆਂ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਨਵਾਂ ਨਿਯਮ ਐਲਾਨ ਕਰਨ ਦੇ ਲਈ ਬੜੇ ਕਾਲੇ ਨੇ ਤੇ ਆਖਿਰਕਾਰ ਹੁਣ ਇਸ ਨਿਯਮ ਦਾ ਇਸ ਨਵੇਂ ਨਿਯਮ ਦਾ ਐਲਾਨ ਕਰ ਦਿੱਤਾ ਗਿਆ ਹੈ ਵਿਧਾਇਕਾਂ ਦੀ ਪੈਨਸ਼ਨ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਹੈ ਵਿਧਾਇਕਾਂ ਦੀ ਪੈਨਸ਼ਨ ਦੇ ਫਾਰਮੂਲੇ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਕੱਲ ਹੀ ਆਪਾਂ ਨੂੰ ਇਹੋ ਜਿਹੀਆਂ ਖਬਰਾਂ ਮਿਲੀਆਂ ਸੀ ਕਿ ਵਿਧਾਇਕਾਂ ਨੂੰ ਪਿਛਲੇ 5 ਸਾਲਾਂ ਦੇ ਵਿੱਚ 100 ਕਰੋੜ ਦੀ ਪੈਨਸ਼ਨ ਜ਼ਿਆਦਾ ਚਲੀ ਗਈ ਹੈ 100 ਕਰੋੜ ਦਾ ਘੁਟਾਲਾ ਹੋਇਆ ਹੈ ਤੇ ਹੁਣ ਅੱਜ ਹੀ ਨਵੀਂ ਸਰਕਾਰ ਦਾ ਨਵਾਂ ਫੈਸਲਾ ਆ ਗਿਆ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਵੀ ਵਿਧਾਇਕ ਚਾਹੇ ਉਹ ਇੱਕ ਵਾਰੀ ਬਣੇ ਚਾਹੇ 10 ਵਾਰੀ ਉਹਨੂੰ ਇੱਕ ਵਾਰ ਦੀ ਹੀ ਪੈਨਸ਼ਨ ਮਿਲੇਗੀ ਇੱਕ ਵਾਰ ਦੀ ਪੈਨਸ਼ਨ 70000 ਤੋਂ ਥੋੜੀ ਵੱਧ ਹੁੰਦੀ ਹੈ ਨਹੀਂ ਤਾਂ ਜੇ ਕੋਈ ਪੰਜ ਵਰਦਾ ਵਿਧਾਇਕ ਹੈ 6 ਵਾਰ ਦਾ ਜਾਂ ਫਿਰ 10 ਵਾਰ ਦਾ ਉਹਦੀ ਪੈਨਸ਼ਨ ਲੱਖਾਂ ਦੇ ਵਿੱਚ ਹੋ ਜਾਂਦੀ ਸੀ ਜਿੰਨੀ ਵਾਰੀ ਵਿਧਾਇਕ 19 ਵਾਰੀ ਪੈਨਸ਼ਨ ਹੁੰਦੀ ਸੀ ਪਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕਰ ਦਿੱਤਾ ਹੈ ਜਿੰਨੀ ਵਾਰੀ ਮਰਜ਼ੀ ਵਿਧਾਇਕ ਬਣੇ ਬੰਦਾ ਉਸ ਨੂੰ ਪੈਨਸ਼ਨ ਇੱਕ ਵਾਰ ਦੀ ਹੀ ਮਿਲੇਗੀ ਇਹ ਉਹਨਾਂ ਨੇ ਸਾਫ਼ ਸਪਸ਼ਟ ਕਰ ਦਿੱਤਾ ਹੈ ਕਿ ਕੋਈ ਵੀ ਵਿਧਾਇਕ ਚਾਹੇ 5 ਵਾਰੀ ਜਿੱਤੇ 7 ਵਾਰੀ ਜਿੱਤੇ ਉਹਨੂੰ ਇੱਕ ਟਰਮ ਦੀ ਹੀ ਪੈਨਸ਼ਨ ਮਿਲੇਗੀ ਮਾਨ ਨੇ ਕਿਹਾ ਕਿ ਪੈਨਸ਼ਨਾਂ ਘਟਾਉਣ ਦੇ ਨਾਲ ਕਰੋੜਾਂ ਰੁਪਏ ਜਿਹੜੇ ਬਚਣਗੇ ਉਸ ਨੂੰ ਲੋਕਾਂ ਦੀ ਭਲਾਈ ਦੇ ਲਈ ਵਰਤਿਆ ਜਾਵੇਗਾ ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਾਇਦ ਪਹਿਲਾਂ ਲੱਗਦਾ ਪਤਾ ਲੱਗਿਆ ਹੋਣਾ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਸਕੀਮ ਲਾਗੂ ਹੋਣ ਵਾਲੀ ਹੈ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੈਨੂੰ ਪੈਨਸ਼ਨ ਨਹੀਂ ਚਾਹੀਦੀ ਇਹ ਸਾਰੀ ਪੈਨਸ਼ਨ ਲੋਕਾਂ ਦੀ ਭਲਾਈ ਦੇ ਲਈ ਵਰਤੀ ਜਾਵੇ ਮਾਨ ਨੇ ਕਿਹਾ ਕਿ ਇਹਨਾਂ ਵਿਧਾਇਕਾਂ ਦੀਆਂ ਫੈਮਲੀ ਪੈਨਸ਼ਨਾਂ ਵੀ ਬਹੁਤ ਜ਼ਿਆਦਾ ਸੀ ਇਸ ਲਈ ਉਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਜਾ ਰਹੀ ਹੈ ਅਫਸਰਾਂ ਨੂੰ ਇਸ ਸਬੰਧੀ ਲੋੜੀਂਦੇ ਹੁਕਮ ਦੇ ਦਿੱਤੇ ਗਏ ਨੇ ਬੇਰਜ਼ਗਾਰੀ ਵੱਡਾ ਮੁੱਦਾ ਜਿਸ ਨੂੰ ਘਟ ਕਰਨ ਦੇ ਲਈ ਜਿਹੜੇ ਵੀਆਈਪੀ ਲੋਕ ਨੇ ਉਹਨਾਂ ਦੇ ਖਰਚੇ ਨੇ ਜਿਹੜੇ ਉਹ ਜ਼ਰੂਰ ਘਟਾਏ ਜਾਣਗੇ ਤੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕਰ ਦਿੱਤਾ ਹੈ ਬੇਰਜ਼ਗਾਰੀ ਬਹੁਤ ਵੱਡਾ ਮੁੱਦਾ ਹੈ ਸਾਡੇ ਨੌਜਵਾਨ ਮੁੰਡੇ ਕੁੜੀਆਂ ਡਿਗਰੀਆਂ ਲੈ ਕੇ ਘਰ ਵਾਪਸ ਮੁੜ ਗਏ ਜਿਉਂਨ ਡਿਗਰੀਆਂ ਨੂੰ ਲੈ ਕੇ ਉਹ ਨੌਕਰੀ ਮੰਗਣ ਜਾਂਦੇ ਨੇ ਤਾਂ लाਠੀ ਚਾਰਜ ਹੁੰਦਾ ਹੈ ਪਾਣੀ ਦੀਆਂ ਬਾਛੜਾਂ ਪੱਗਾਂ ਟੈਂਦੀਆਂ ਨੇ ਚੁੰਨੀਆਂ ਲੈਂਦੀਆਂ ਨੇ ਨੌਕਰੀਆਂ ਨਹੀਂ ਮਿਲਦੀਆਂ ਅਸੀਂ ਇਸ ਮਾਮਲੇ 'ਚ ਬਹੁਤ ਵੱਡੇ ਵੱਡੇ ਕਦਮ ਚੱਕ ਰਹੇ ਹਾਂ ਪਰ ਜੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਇੱਕ ਹੋਰ ਵਿਸ਼ੇ ਤੇ ਹੈ ਸਾਡੇ ਰਾਜਨੀਤਿਕ ਲੋਕ ਜਿਹੜੇ ਐਮ ਐਲ ਏ ਉਹ ਹੱਥ ਬਨ ਕੇ ਲੋਕਾਂ ਤੋਂ ਵੋਟਾਂ ਮੰਗਦੇ ਨੇ ਕਿ ਸੇਵਾ ਦਾ ਮੌਕਾ ਦਿਓ ਜੀ ਕਈ ਤਾਂ ਰਾਜ ਨਹੀਂ ਸੇਵਾ ਕਹਿ ਕੇ ਵੀ ਜਿਹੜੇ ਨੇ ਵੋਟਾਂ ਮੰਗਦੇ ਨੇ ਤੇ ਹੈਰਾਨੀ ਹੋਊਗੀ ਤੁਹਾਨੂੰ ਕਿ ਬਹੁਤ ਸਾਰੇ ਐਮਐਲਏ ਜਿਹੜੇ ਕੋਈ ਤਿੰਨ ਵਾਰ ਜਿੱਤਿਆ ਹੋਇਆ ਹੈ ਹਾਰ ਗਿਆ ਕੋਈ ਚਾਰ ਵਾਰ ਜਿੱਤਿਆ ਹੋਇਆ ਹੈ ਟਿਕਟ ਨਹੀਂ ਮਿਲੀ ਪੰਜ ਵਾਰ ਜਿੱਤਿਆ ਹੋਇਆ ਛੇ ਵਾਰ ਜਿੱਤਿਆ ਹੋਇਆ ਨਹੀਂ ਆਏ ਵਿਧਾਨ ਸਭਾ ਚ ਉਹਨਾਂ ਨੂੰ ਲੱਖਾਂ ਰੁਪਏ ਪੈਨਸ਼ਨ ਮਿਲਦੀ ਹੈ ਪਰ ਮੰਥ ਮਹੀਨੇ ਦੀ ਕਿਸੇ ਨੂੰ 3.5 ਲੱਖ ਕਿਸੇ ਨੂੰ 4.5 ਲੱਖ ਵੀ ਹੈ ਕਿਸੇ ਨੂੰ 5.5 ਲੱਖ ਵੀ ਹੈ ਪੈਨਸ਼ਨ ਤੇ ਖਜ਼ਾਨੇ ਤੇ ਕਰੋੜਾਂ ਰੁਪਈਆਂ ਦਾ ਬੋਝ ਪੈਂਦਾ ਹੈ। ਕਈ ਐਮਪੀਜ਼ ਵੀ ਇਹੋ ਜਿਹੇ ਨੇ ਜਿਹੜੇ ਐਮਪੀ ਦੀ ਪੈਨਸ਼ਨ ਲੈ ਰਹੇ ਨੇ ਤੇ ਇੱਥੇ ਪਹਿਲਾਂ ਐਮਐਲਏ ਰਹੇ ਸੀ ਉਹਦੀ ਪੈਨਸ਼ਨ ਵੀ ਲੈ ਰਹੇ ਨੇ। ਸੋ ਅੱਜ ਇੱਕ ਬਹੁਤ ਵੱਡਾ ਫੈਸਲਾ ਪੰਜਾਬ ਸਰਕਾਰ ਵੱਲੋਂ ਮੈਂ ਕਰਨ ਜਾ ਰਿਹਾ ਹਾਂ। ਕਿ ਐਮਐਲਏ ਭਾਵੇਂ ਦੋ ਵਾਰ ਜਿੱਤੇ, ਪੰਜ ਵਾਰ ਜਿੱਤੇ, ਸੱਤ ਵਾਰ ਜਿੱਤੇ ਪਰ ਉਹਨੂੰ ਪੈਨਸ਼ਨ ਸਿਰਫ ਇੱਕ ਟਰਮ ਦੀ ਮਿਲੂਗੀ। ਸਿਰਫ ਇੱਕ ਟਰਮ ਦੀ ਪੈਨਸ਼ਨ ਉਹਨੂੰ ਮਿਲੂਗੀ ਜਿੱਤ ਭਾਵੇਂ ਉਹ ਜਿੰਨੀ ਬੜੀ ਮਰਜੀ ਜਾਵੇ ਤੇ ਨਾਲ ਕਰੋੜਾਂ ਰੁਪਇਆ ਜਿਹੜਾ ਇਹਦੇ ਪੈਨਸ਼ਨਾਂ ਘਟਾਉਣ ਨਾਲ ਬਚੂਗਾ ਉਹਨੂੰ ਲੋਕਾਂ ਦੀ ਭਲਾਈ ਤੇ ਖਰਚ ਕੀਤਾ ਜਾਊਗਾ ਕਿਉਂਕਿ ਸੇਵਾ ਕਰਨ ਦੀ ਇੰਨੀ ਪੈਨਸ਼ਨ ਕਿਸੇ ਵੀ ਪੱਖੋਂ ਜਾਇਜ਼ ਨਹੀਂ ਹੈਗੀ ਤੇ ਇਸੇ ਤਰ੍ਹਾਂ ਉਹਨਾਂ ਦੀਆਂ ਫੈਮਿਲੀ ਪੈਨਸ਼ਨਸ ਨੇ ਉਹ ਵੀ ਬਹੁਤ ਜ਼ਿਆਦਾ ਨੇ ਉਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਜਾ ਰਹੀ ਹੈ ਤੇ ਅਫਸਰਾਂ ਨੂੰ ਮੈਂ ਲੋੜੀ ਦੇ ਹੁਕਮ ਜਿਹੜੇ ਨੇ ਨਿਰਦੇਸ਼ ਜਿਹੜੇ ਨੇ ਦੇ ਦਿੱਤੇ ਨੇ ਮੈਂ ਇੱਕ ਵਾਰੀ ਫੇਰ ਦੱਸ ਦੇਣਾ ਚਾਹਣਾ ਪੰਜਾਬ ਦੇ ਵਿੱਚ ਜਿਹੜੇ ਐਮ ਐਲ ਏ ਨੇ ਐਕਸ ਐਮ ਐਲ ਏ ਭਾਵੇਂ ਉਹ ਦੋ ਵਾਰ ਜਿੱਤੇ ਨੇ ਪੰਜ ਵਾਰ ਜਿੱਤੇ ਨੇ 10 ਵਾਰ ਜਿੱਤੇ ਨੇ ਉਹਨਾਂ ਨੂੰ ਸਿਰਫ ਇੱਕ ਟਰਮ ਦੀ ਪੈਨਸ਼ਨ ਹੀ ਮਿਲੂਗੀ ਤੇ ਉਹਨਾਂ ਦੇ ਫੈਮਿਲੀ ਪੱਤੇ ਜਿਹੜੇ ਨੇ ਮੁਫਤ ਚ ਮਿਲਦੇ ਨੇ ਉਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਜਾਊਗੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹਦੀ ਸਾਰੀ ਡਿਟੇਲ ਮਿਲ ਜੂਗੀ ਤਾਂ ਕਿ ਪੰਜਾਬ ਦੇ ਖਜ਼ਾਨੇ ਨੂੰ ਬਚਾਇਆ ਜਾਵੇ ਦੁੱਖ ਜਾਨੇ ਦਾ ਇੱਕ ਇੱਕ ਪੈਸਾ ਜਿਹੜਾ ਲੋਕ ਭਲਾਈ ਤੇ ਖਰਚ ਕੀਤਾ ਜਾਵੇ ਇਨਕਲਾਬ ਜ਼ਿੰਦਾਬਾਦ ਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਸ ਐਲਾਨ ਤੋਂ ਬਾਅਦ ਕੀ ਕੁਝ ਵਿਧਾਇਕਾਂ ਦੇ ਰਿਐਕਸ਼ਨ ਆਉਣਗੇ ਕਿਹੜੀ ਪਾਰਟੀ ਦਾ ਵਿਧਾਇਕ ਇਸ ਦਾ ਸਵਾਗਤ ਕਰੂਗਾ ਕਿਹੜੀ ਕਿਹੜਾ ਇਸ ਦੀ ਨਿਖੇਦੀ ਕਰੂਗਾ ਨਿਖੇਦੀ ਤਾਂ ਸ਼ਾਇਦ ਕੋਈ ਘੱਟ ਹੀ ਕਰੂਗਾ ਕਿਉਂਕਿ ਇਸ ਦੇ ਨਾਲ ਫਿਰ ਲੋਕਾਂ ਲੋਕਾਂ ਦੀਆਂ ਝਿੜਕਾਂ ਵੀ ਸਹਿਣੀਆਂ ਪੈਣਗੀਆਂ ਜੇ ਤੁਸੀਂ ਨਿਖੇਦੀ ਕਰਦੇ ਹੋ ਕਿਉਂਕਿ ਪੈਨਸ਼ਨ ਆਮ ਲੋਕਾਂ ਨੂੰ ਜਿੱਥੇ ਬੁਢਾਪਾ ਪੈਨਸ਼ਨ ਹੀ 1500 2000 ਜਾਂ ਫਿਰ 3000 ਮਿਲਦੀ ਹੈ ਤੇ ਵਿਧਾਇਕਾਂ ਨੂੰ ਇੱਕ ਵਾਰੀ ਵਿਧਾਇਕ ਬਣਨਾ ਤੇ ਸਾਰੀ ਉਮਰ ਤੁਹਾਨੂੰ ਪੈਨਸ਼ਨ ਮਿਲਦੀ ਰਹਿੰਦੀ ਹੈ ਤੇ ਫਿਰ ਜੇ ਮੌਤ ਹੋ ਜਾਂਦੀ ਇਹ ਤਾਂ ਪਿੱਛੋਂ ਪਰਿਵਾਰ ਨੂੰ ਵੀ ਮਿਲਦੀ ਹੈ ਪੱਤੇ ਵੀ ਮਿਲਦੇ ਨੇ ਸੋ ਇਹਨਾਂ ਚੀਜ਼ਾਂ ਤੇ ਕੱਟ ਲਾਇਆ ਗਿਆ ਤੇ ਫੈਸਲਾ ਜ਼ਾਹਿਰ ਤੌਰ ਤੇ ਸਵਾਗਤਯੋਗ ਹੈ ਧੰਨਵਾਦ